ਅਕਾਲੀ ਘਾਟ ਸਿਲੈਕਟਡ ਸਾਥੀਓ ਆਪਣੀ ਜਿਹੜੀ ਮੀਟਿੰਗ ਅੱਜ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨਾਲ ਹੋਈ ਹੈ ਤਿੰਨ ਜਗ੍ਹਾ ਦੇ ਉੱਪਰ ਅੱਜ ਸੀ ਐਮ ਸਾਹਿਬ ਨੇ ਆਉਣਾ ਸੀਗਾ ਧੂਰੀ ਦੇ ਤਿੰਨ ਪਿੰਡਾਂ ਦਾ ਉਹਨਾਂ ਦਾ ਦੌਰਾ ਸੀਗਾ ਇੱਕ ਮੀਨਸਾ ਪਿੰਡ ਦਾ ਇੱਕ ਕਾਤਰੋ ਪਿੰਡ ਦਾ ਅਤੇ ਇੱਕ ਇੱਥੇ ਬਾਲੀਆਂ ਪਿੰਡ ਦਾ ਤਿੰਨਾਂ ਦੋਨਾਂ ਜਗ੍ਹਾ ਦੇ ਉੱਪਰ ਆਪਣੇ ਸਾਥੀ ਮਿਲੇ ਨੇ ਮਨਦੀਪ ਜੀ ਅਤੇ ਆਪਣੇ ਸਾਥੀ ਨਵਾਜ਼ ਜੀ ਅਤੇ ਇੱਥੇ ਅਸੀਂ ਮਿਲੇ ਹਾਂ ਭੈਣ ਗੁਰਮੀਤ ਕੌਰ ਅਤੇ ਮੈਂ ਖੁਦ ਇੱਥੇ ਸੀ ਐਮ ਸਾਹਿਬ ਨੂੰ ਮਿਲਿਆ ਅਤੇ ਜਿੱਥੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਕਤਾਲੀ ਕਾਟ ਜਿਨ੍ਹਾਂ ਸਾਥੀਆਂ ਨੂੰ ਆਫਰ ਲੈਟਰ ਮਿਲ ਚੁੱਕੇ ਨੇ ਵੀ ਉਹਨਾਂ ਨੂੰ ਛੇਤੀ ਤੋਂ ਛੇਤੀ ਸਕੂਲਾਂ ਦੇ ਵਿੱਚ ਭੇਜੋ ਅਤੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਬਹੁਤ ਛੇਤੀ ਅਸੀਂ ਤੁਹਾਨੂੰ ਸਕੂਲਾਂ ਦੇ ਵਿੱਚ ਭੇਜ ਰਹੇ ਹਾਂ ਪਰ ਸਾਥੀਓ ਜੇਕਰ 21 ਤਰੀਕ ਤੱਕ ਆਪਣਾ ਪੋਰਟਲ ਆ ਜਿਹੜਾ ਉਹ ਨਹੀਂ ਖੁੱਲ੍ਹਦਾ ਤਾਂ 22 ਤਰੀਕ ਨੂੰ ਆਪਾਂ ਸਿੱਖਿਆ ਮੰਤਰੀ ਦਾ ਜੋ ਹਲਕਾ ਅਨੰਦਪੁਰ ਸਾਹਿਬ ਉੱਥੇ ਆਪਾਂ ਪੱਕਾ ਧਰਨਾ ਜਿਹੜਾ ਉਹ ਲਾਵਾਂਗੇ ਉਹਦੀਆਂ ਤਿਆਰੀਆਂ ਰੱਖੋ ਉਮੀਦ ਆ ਆਪਣਾ ਪੋਰਟਲ ਪਹਿਲਾਂ ਖੁੱਲ੍ਹ ਜੇ ਅਗਰ ਨਹੀਂ ਖੁੱਲ੍ਹਦਾ ਤਾਂ ਆਪਾਂ ਲਾ ਮਿਸਾਲ ਇਕੱਠ ਦੇ ਨਾਲ ਸਿੱਖਿਆ ਮੰਤਰੀ ਦੇ ਜਿਹੜਾ ਹਲਕਾ ਹੈਗਾ ਅਨੰਦਪੁਰ ਸਾਹਿਬ ਉੱਥੇ ਆਪਾਂ ਜਿਹੜਾ ਪੱਕਾ ਧਰਨਾ ਲਾਵਾਂਗੇ ਸੋ ਇਸ ਸੰਦੇਸ਼ ਦੇ ਨਾਲ ਕਿ ਆਪਣੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਅਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਆਪਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਛੇਤੀ ਤੋਂ ਛੇਤੀ ਤੁਹਾਨੂੰ ਸਕੂਲਾਂ ਦੇ ਵਿੱਚ ਜਿਹੜਾ ਆਪਣੀ ਜਿਹੜੀ ਮੀਟਿੰਗ ਅੱਜ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨਾਲ ਹੋਈ ਹੈ ਤਿੰਨ ਜਗ੍ਹਾ ਦੇ ਉੱਪਰ ਅੱਜ ਸੀ ਐਮ ਸਾਹਿਬ ਨੇ ਆਉਣਾ ਸੀਗਾ ਧੂਰੀ ਦੇ ਤਿੰਨ ਪਿੰਡਾਂ ਦਾ ਉਹਨਾਂ ਦਾ ਦੌਰਾ ਸੀਗਾ ਇੱਕ ਮੀਨਸਾ ਪਿੰਡ ਦਾ ਇੱਕ ਕਾਤਰੋ ਪਿੰਡ ਦਾ ਅਤੇ ਇੱਕ ਇੱਥੇ ਬਾਲੀਆਂ ਪਿੰਡ ਦਾ ਤਿੰਨਾਂ ਦੋਨਾਂ ਜਗ੍ਹਾ ਦੇ ਉੱਪਰ ਆਪਣੇ ਸਾਥੀ ਮਿਲੇ ਨੇ ਮਨਦੀਪ ਜੀ ਅਤੇ ਆਪਣੇ ਸਾਥੀ ਨਵਾਜ਼ ਜੀ ਅਤੇ ਇੱਥੇ ਅਸੀਂ ਮਿਲੇ ਹਾਂ ਭੈਣ ਗੁਰਮੀਤ ਕੌਰ ਅਤੇ ਮੈਂ ਖੁਦ ਇੱਥੇ ਸੀ ਐਮ ਸਾਹਿਬ ਨੂੰ ਮਿਲਿਆ ਅਤੇ ਜਿੱਥੇ ਉਹਨਾਂ ਨੂੰ ਅਪੀਲ ਕੀਤੀ ਆ ਕਿ ਕਤਾਲੀ ਕਾਟ ਜਿਨ੍ਹਾਂ ਸਾਥੀਆਂ ਨੂੰ ਆਫਰ ਲੈਟਰ ਮਿਲ ਚੁੱਕੇ ਨੇ ਵੀ ਉਹਨਾਂ ਨੂੰ ਛੇਤੀ ਤੋਂ ਛੇਤੀ ਸਕੂਲਾਂ ਦੇ ਵਿੱਚ ਭੇਜੋ ਅਤੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਬਹੁਤ ਛੇਤੀ ਅਸੀਂ ਤੁਹਾਨੂੰ ਸਕੂਲਾਂ ਦੇ ਵਿੱਚ ਭੇਜ ਰਹੇ ਹਾਂ ਪਰ ਸਾਥੀਓ ਜੇਕਰ 21 ਤਰੀਕ ਤੱਕ ਆਪਣਾ ਪੋਰਟਲ ਆ ਜਿਹੜਾ ਉਹ ਨਹੀਂ ਖੁੱਲ੍ਹਦਾ ਤਾਂ 22 ਤਰੀਕ ਨੂੰ ਆਪਾਂ ਸਿੱਖਿਆ ਮੰਤਰੀ ਦਾ ਜੋ ਹਲਕਾ ਅਨੰਦਪੁਰ ਸਾਹਿਬ ਉੱਥੇ ਆਪਾਂ ਪੱਕਾ ਧਰਨਾ ਜਿਹੜਾ ਉਹ ਲਾਵਾਂਗੇ ਉਹਦੀਆਂ ਤਿਆਰੀਆਂ ਰੱਖੋ ਉਮੀਦ ਆ ਆਪਣਾ ਪੋਰਟਲ ਪਹਿਲਾਂ ਖੁੱਲ੍ਹ ਜੇ ਅਗਰ ਨਹੀਂ ਖੁੱਲ੍ਹਦਾ ਤਾਂ ਆਪਾਂ ਲਾ ਮਿਸਾਲ ਇਕੱਠ ਦੇ ਨਾਲ ਸਿੱਖਿਆ ਮੰਤਰੀ ਦੇ ਜਿਹੜਾ ਹਲਕਾ ਹੈਗਾ ਅਨੰਦਪੁਰ ਸਾਹਿਬ ਉੱਥੇ ਆਪਾਂ ਜਿਹੜਾ ਪੱਕਾ ਧਰਨਾ ਲਾਵਾਂਗੇ ਸੋ ਇਸ ਸੰਦੇਸ਼ ਦੇ ਨਾਲ ਕਿ ਆਪਣੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਅਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਆਪਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਛੇਤੀ ਤੋਂ ਛੇਤੀ ਤੁਹਾਨੂੰ ਸਕੂਲਾਂ ਦੇ ਵਿੱਚ ਜਿਹੜਾ ਭੇਜ ਦਿੱਤਾ ਜਾਵੇਗਾ ਧੰਨਵਾਦ ਸਰ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ